So our topic is about understanding proteins. So ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਸਾਡੀ ਡਾਈਟ ਦੇ ਵਿੱਚ ਕਿਹੜੇ ਕਿਹੜੇ ਮੇਨ ਕੰਪੋਨੈਂਟਸ ਹੁੰਦੇ ਆ। ਵੀ ਹੈਵ ਫੈਟਸ, ਵੀ ਹੈਵ ਪ੍ਰੋਟੀਨਸ, ਵੀ ਹੈਵ ਕਾਰਬੋਹਾਈਡਰੇਟਸ, ਫਾਈਬਰ ਐਂਡ ਵਾਟਰ। ਇਹ ਪੰਜ ਸਾਡੇ ਮੈਕਰੋਜ਼ ਆ, ਯਾਨੀ ਕਿ ਜ਼ਿਆਦਾ ਕੁਆਂਟਿਟੀ ਦੇ ਵਿੱਚ ਜਿਹੜੇ ਸਾਨੂੰ ਸਾਡੀ ਡਾਈਟ ਵਿੱਚ ਚਾਹੀਦੇ ਹੁੰਦੇ ਆ। ਨਾ ਆਊਟ ਆਫ ਆਲ ਦੀਸ ਫਾਈਵ ਆਪਾਂ ਸਿਰਫ ਅੱਜ ਪ੍ਰੋਟੀਨ ਤੇ ਫੋਕਸ ਕਰਨਾ। ਮੇ ਬੀ ਤੁਹਾਨੂੰ ਇਸ ਪ੍ਰੈਜੈਂਟੇਸ਼ਨ ਦੇ ਦੌਰਾਨ ਲੱਗੇ ਕਿ ਯਾਰ ਬਹੁਤ ਹੀ ਜ਼ਿਆਦਾ ਹੀ ਕੁਛ ਬਾਕੀ ਚੀਜ਼ਾਂ ਨੂੰ ਨਿਗਲੈਕਟ ਕੀਤਾ ਜਾ ਰਿਹਾ, ਬਟ ਇੱਦਾਂ ਨਹੀਂ ਹੈ। ਸਿੰਸ ਸਾਡਾ ਟੌਪਿਕ ਵੈਰੀ ਸਿੰਗੂਲਰ ਫੋਕਸ ਪਿਆ ਨਾ, ਇਸ ਕਰਕੇ ਆਪਾਂ ਜ਼ਿਆਦਾ ਚਰਚਾ ਜਿਹੜੀ ਆ ਉਹ ਪ੍ਰੋਟੀਨ ਤੇ ਹੀ ਕਰਾਂਗੇ। ਠੀਕ ਹੈ, ਚਲੋ। ਸੋ ਦਿਸ ਪ੍ਰੈਜੈਂਟੇਸ਼ਨ ਇਜ਼ ਗੋਇੰਗ ਟੂ ਬੀ ਐਨ ਅਲਟੀਮੇਟ ਗਾਈਡ। ਅੱਛਾ, ਆਪਾਂ ਸੁਣਿਆ ਤਾਂ ਹੋਇਆ ਹੈ ਨਾ ਵੀ ਸਾਨੂੰ ਪ੍ਰੋਟੀਨ ਚਾਹੀਦਾ ਆ, ਮੇਰੇ ਮਿਲਣ ਤੋਂ ਪਹਿਲਾਂ ਸੁਣਿਆ ਹੋਇਆ ਨਾ ਆਪਾਂ ਸਾਰਿਆਂ ਨੇ। ਅੱਛਾ, ਵਾਟ ਇਜ਼ ਆਰ ਮੋਸਟ ਕਾਮਨ ਸੋਰਸ ਆਫ ਨੌਲੇਜ ਇਨ ਟੂਡੇਜ਼ ਵਰਲਡ? ਸਾਨੂੰ ਸਭ ਤੋਂ ਜ਼ਿਆਦਾ ਨੌਲੇਜ ਕਿੱਥੋਂ ਮਿਲਦੀ ਹੈ ਅੱਜ ਦੀ ਡੇਟ 'ਚ? ਕਿਤਾਬਾਂ ਤਾਂ ਕਿਤਾਬਾਂ ਨਾ ਕਿਉਂ ਅਸੀਂ ਪੜ੍ਹਦੇ ਨਹੀਂ ਹੈਗੇ ਕਿਤਾਬਾਂ, ਇੰਟਰਨੈਟ। ਇੰਟਰਨੈਟ ਤੇ ਸਪੈਸੀਫਿਕ ਹੋ ਜਾਈਏ ਥੋੜ੍ਹਾ ਜਿਹਾ, ਕਿੱਥੋਂ ਮਿਲਦੀ ਆ? ਇੰਸਟਾਗ੍ਰਾਮ। ਠੀਕ ਹੈ, ਸੋ ਇੰਸਟਾਗ੍ਰਾਮ ਜਿਹੜਾ ਆ ਜਾਂ ਵਟਸਐਪ ਜਿਹੜਾ ਆ ਜਾਂ ਪਹਿਲਾਂ ਫੇਸਬੁੱਕ ਹੁੰਦਾ ਸੀਗਾ, ਦਿਸ ਹੈਜ਼ ਬਿਕਮ ਦ ਮੇਨ ਸੋਰਸ ਆਫ ਆਵਰ ਇਨਫੋਰਮੇਸ਼ਨ। ਸਾਨੂੰ ਮੈਜੋਰਿਟੀ ਕੇਸ 'ਚ ਇਨਫੋਰਮੇਸ਼ਨ ਇੱਥੋਂ ਮਿਲਦੀ ਹੈ, ਲੇਕਿਨ ਇੱਕ ਮਿੰਟ ਦੀ ਰੀਲ ਦੇ ਵਿੱਚ ਤੁਹਾਨੂੰ ਕੋਈ ਕੀ ਹੀ ਦੱਸ ਦੇਗਾ ਪ੍ਰੋਟੀਨ ਬਾਰੇ ਜਾਂ ਤੁਹਾਡੀ ਹੈਲਥ ਬਾਰੇ ਜਾਂ ਤੁਹਾਡੀ ਪ੍ਰੋਬਲਮ ਬਾਰੇ? ਇੱਦਾਂ ਦੀ ਗੱਲ ਨਹੀਂ ਹੈਗੀ। ਮੈਂ ਵੀ ਰੀਲਸ ਪਾਉਣਾ, ਮੇਰੀ ਵੀ ਰੀਲਸ ਇੱਕ ਮਿੰਟ ਦੀਆਂ ਹੁੰਦੀਆਂ, ਬਟ ਈਵਨ ਆਈ ਨੋ ਕਿ ਇੱਕ ਮਿੰਟ ਦੇ ਵਿੱਚ ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਕਿੰਨਾ ਮੁਸ਼ਕਿਲ ਆ। ਹੁਣ ਹੇਅਰ ਨੇਲ ਵਾਲੇ ਬੈਠੇ ਆ, ਆਲ ਆਸਕ ਯੂ ਅ ਕੁਐਸਚਨ, ਤੁਹਾਨੂੰ ਕਹਿ ਦਵਾਂ ਵੀ ਇਸ ਇੱਕ ਮਿੰਟ ਦੇ ਵਿੱਚ ਇਸ ਕੁਐਸਚਨ ਨੂੰ ਥਰੋਲੀ ਮੈਨੂੰ ਸਮਝਾਓ, ਕੀ ਸਮਝਾ ਦੋਗੇ? ਠੀਕ ਹੈ, ਸੋ ਇਦਾਂ ਦੇ ਸੈਸ਼ਨਸ ਐਂਡ ਸੈਮੀਨਾਰਸ ਜਿਹੜੇ ਆ ਇੱਕ ਤਾਂ ਰੈਗੂਲਰ ਬੇਸਿਸ ਤੇ ਹੋਣੇ ਚਾਹੀਦੇ ਆ। ਸੈਕਿੰਡ, ਅਗਰ ਸਾਨੂੰ ਨੌਲੇਜ ਚਾਹੀਦੀ ਹੈ ਦੈਨ ਵੀ ਹੈਵ ਟੂ ਇਨਵੈਸਟ ਆਰ ਟਾਈਮ। ਸੋ ਦਿਸ ਇਜ਼ ਦ ਟਾਈਮ ਦੈਟ ਵੀ ਆਰ ਇਨਵੈਸਟ, ਮੈਂ ਤੁਹਾਡੇ ਨਾਲ ਇਨਵੈਸਟ ਕਰ ਰਿਹਾ ਹਾਂ, ਤੁਸੀਂ ਮੇਰੇ ਨਾਲ ਟਾਈਮ ਇਨਵੈਸਟ ਕਰ ਰਹੇ ਹਾਂ, ਸੋ ਦੈਟ ਵੀ ਡੂ ਅੰਡਰਸਟੈਂਡ ਦਿਸ ਅਲਟੀਮੇਟ ਗਾਈਡ ਆਫ ਪ੍ਰੋਟੀਨ ਆਫਟਰ ਦਿਸ 1 ਆਵਰ ਪ੍ਰੈਜੈਂਟੇਸ਼ਨ। ਮੈਨੂੰ ਨਹੀਂ ਲੱਗਦਾ ਤੁਹਾਡੇ ਪ੍ਰੋਟੀਨ ਦੇ ਰਿਗਾਰਡਿੰਗ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਪਏਗੀ। ਠੀਕ ਹੈ ਜੀ, ਸੋ ਆਪਣਾ ਸੋਲ ਫੋਕਸ ਪ੍ਰੋਟੀਨ ਤੇ ਹੋਏਗਾ। ਨੈਕਸਟ। ਠੀਕ ਹੈ, ਇਸ ਟੌਪਿਕ ਨੂੰ ਚੂਜ਼ ਕਰਨ ਦਾ ਇੱਕ ਵੱਡਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੱਤਾ, ਦੈਟ ਵਾਈ ਵੀ ਆਲ ਆਰ ਹਨਾ ਪ੍ਰੋਟੀਨ ਦਾ ਵਾਹ ਵਾਸਤਾ ਸਾਰਿਆਂ ਦੇ ਨਾਲ ਪੈਂਦਾ ਹੈ, ਬਟ ਦੇਰ ਇਜ਼ ਅਨਦਰ ਸੈਕਿੰਡ ਰੀਜ਼ਨ। ਉਹ ਸੈਕਿੰਡ ਰੀਜ਼ਨ ਇਹ ਆ ਦੈਟ 73% ਆਫ ਡਾਇਟ, ਡਾਇਟ ਸੁਜੈਸਟਡ ਡਾਇਟ ਨਹੀਂ, ਕਾਮਨ ਡਾਇਟ ਦੀ ਗੱਲ ਕਰ ਰਹੇ ਹਾਂ ਜੋ ਲੋਕ ਖਾ ਰਹੇ, 73% ਆਫ ਡਾਇਟ ਇੰਡੀਅਨ ਲੋਕਾਂ ਦੀ ਇਜ਼ ਡੈਫੀਸ਼ੈਂਟ ਇਨ ਪ੍ਰੋਟੀਨ। ਠੀਕ ਹੈ, 73% ਲੋਕ ਜਿਹੜੇ ਆ ਆਪਣੀ ਡਾਇਟ 'ਚ ਇਨਫ ਪ੍ਰੋਟੀਨ ਨਹੀਂ ਖਾ ਰਹੇ। ਹੁਣ ਹੋ ਸਕਦਾ ਹੈ ਕਿ ਇੱਥੇ ਬੈਠੇ ਕਿਸੇ ਨੋਨ ਵੈਜੀਟੇਰੀਅਨ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਵੈਜ ਵਾਲੇ ਲੋਕ ਜ਼ਿਆਦਾ ਆ ਤਾਂ ਕਰਕੇ, ਬਟ ਲੈਟ ਮੀ ਟੈਲ ਯੂ 65% ਆਫ ਨੋਨ ਵੈਜੀਟੇਰੀਅਨ ਪੀਪਲ ਦੇ ਆਰ ਆਲਸੋ ਡੈਫੀਸ਼ੀਐਂਟ ਇਨ ਪ੍ਰੋਟੀਨ, ਉਹਨਾਂ ਦੀ ਡਾਇਟ 'ਚ ਵੀ ਪੂਰਾ ਪ੍ਰੋਟੀਨ ਨਹੀਂ ਹੈਗਾ। ਇੱਦਾਂ ਕਿਉਂ ਆ? ਕਿਉਂਕਿ ਅਸੀਂ ਮਹੀਨੇ 'ਚ 2 ਵਾਰ ਚਿਕਨ ਖਾ ਕੇ ਕਹਿੰਦੇ ਹਾਂ ਅਸੀਂ ਨੋਨ ਵੈਜੀਟੇਰੀਅਨ ਹਾਂ, ਜਾਂ ਕਿਸੇ ਵਿਆਹ ਸ਼ਾਦੀ 'ਤੇ ਚਲ ਜਾਈਏ ਤਾਂ। ਸੋ ਮੈਜੋਰਿਟੀ ਕੇਸ ਦੇ ਵਿੱਚ ਸਾਡੀ ਡਾਇਟ ਵੀ ਵੈਜੀਟੇਰੀਅਨ ਹੀ ਆ, ਉਹ ਤਾਂ ਕਿਤੇ ਅੰਡੇ ਖਾ ਲਏ ਗਲਤੀ ਨਾਲ 15 ਦਿਨਾਂ ਦੇ ਵਿੱਚ ਇੱਕ ਅੱਧੀ ਵਾਰੀ ਤੇ ਅਸੀਂ ਨੋਨ ਵੈਜੀਟੇਰੀਅਨ, ਨਹੀਂ, ਦੈਟ ਇਜ਼ ਨੋਟ ਇਨਫ। ਜੇ ਵੈਜੀਟੇਰੀਅਨਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਨੰਬਰ ਤਾਂ ਕਾਫੀ ਹਾਈ ਆ, ਦੇਰ ਨੰਬਰ ਇਜ਼ ਇਨ ਸਮਵੇਅਰ ਅਰਾਊਂਡ 84% ਜਿਹੜੇ ਵੈਜੀਟੇਰੀਅਨ ਆ ਦੇ ਆਰ ਡੈਫੀਸ਼ੀਐਂਟ ਇਨ ਪ੍ਰੋਟੀਨ। ਦੈਨ ਕਮਸ ਪ੍ਰੈਗਨੈਂਟ ਵਿਮਨ, 97% ਪ੍ਰੈਗਨੈਂਟ ਵਿਮਨਸ ਨੇ ਸਰਵੇ ਦੇ ਵਿੱਚ ਕਿਹਾ, ਬਹੁਤ ਵੱਡਾ ਸਰਵੇ ਨਹੀਂ ਸੀਗਾ, ਇਟ ਹੈਡ ਸਮਵੇਅਰ ਅਰਾਊਂਡ 4000 ਪੀਪਲ, 4000 ਪੀਪਲ ਦੇ ਪ੍ਰੈਗਨੈਂਟ ਵਿਮਨ ਦੇ ਸਰਵੇ ਦੇ ਵਿੱਚ ਉਹਨਾਂ ਨੇ ਕਿਹਾ ਸਾਨੂੰ ਪਤਾ ਹੀ ਨਹੀਂ ਕਿ ਪ੍ਰੋਟੀਨ ਕੀ ਹੈ। ਕੈਨ ਯੂ ਬਿਲੀਵ ਦਿਸ? ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਪ੍ਰੋਟੀਨ ਕੀ, ਜਦ ਤੁਹਾਨੂੰ ਪਤਾ ਹੀ ਨਹੀਂ ਪ੍ਰੋਟੀਨ ਕੀ ਹੈ ਤਾਂ ਤੁਸੀਂ ਉਹਨੂੰ ਫਿਰ ਮੈਨੇਜ ਕਿੱਦਾਂ ਕਰੋ?
ਠੀਕ ਹੈ। ਸੋ ਆਰ ਇੰਡੀਅਨ ਕਮਿਊਨਿਟੀ ਐਜ ਅ ਸੋਸਾਇਟੀ ਐਜ ਅ ਕੰਟਰੀ ਵੀ ਆਰ ਪਰਫਾਰਮਿੰਗ ਵੈਰੀ ਪੂਅਰ ਇਨ ਟਰਮਸ ਆਫ ਪ੍ਰੋਟੀਨ। ਅਫਰੀਕਾ ਦੇ ਕੁਛ ਦੇਸ਼ ਨੇ ਬਹੁਤ ਹੀ ਜ਼ਿਆਦਾ ਭੁੱਖੇ ਨੰਗੇ ਵਿਚਾਰੇ ਜਿਨ੍ਹਾਂ ਦੇ ਕੋਲ ਹਜੇ ਸਾਫ਼ ਪਾਣੀ ਵੀ ਨਹੀਂ ਹੈਗਾ, ਉਹਨਾਂ ਦੇ ਬਰਾਬਰ ਦਾ ਪ੍ਰੋਟੀਨ ਖਾ ਰਹੇ ਹਾਂ ਅਸੀਂ ਵਰਲਡ ਲੈਵਲ 'ਤੇ ਅਗਰ ਦੇਖਿਆ ਜਾਵੇ, ਜਿੰਨਾ ਕੁ ਉਹਨੂੰ ਉਹ ਦਿਨ 'ਚ ਪ੍ਰੋਟੀਨ ਖਾ ਰਹੇ ਉਨਾ ਕੀ ਅਸੀਂ ਖਾ ਰਹੇ। ਠੀਕ ਹੈ, ਨੈਕਸਟ ਸਲਾਈਡ। ਸੋ ਪਹਿਲਾਂ ਗੱਲ ਕਰੀਏ ਵਟ ਇਜ਼ ਅ ਪ੍ਰੋਟੀਨ। ਪ੍ਰੋਟੀਨ ਇੱਕ ਮੈਕਰੋ ਮੋਲੀਕਿਊਲ ਆ ਜਿਹਦੀ ਨਾਈਟ੍ਰੋਜਨ ਬੇਸ ਆ, ਜਿਹਦਾ ਸਭ ਯੂਨਿਟ ਅਮਾਈਨੋ ਐਸਿਡ ਆ। ਹੁਣ ਜੇ ਮੈਂ ਅੱਗੇ ਕਦੀ ਵੀ ਸਲਾਈਡ ਦੇ ਵਿੱਚ ਜਾਂ ਪ੍ਰੈਜੈਂਟੇਸ਼ਨ 'ਚ ਅਮਾਈਨੋ ਐਸਿਡ ਦੀ ਗੱਲ ਕਰਾਂ, ਦੈਟ ਮੀਨਸ ਛੋਟਾ ਯੂਨਿਟ। ਦੀਵਾਰ ਹੈ, ਦੀਵਾਰ ਦਾ ਛੋਟਾ ਯੂਨਿਟ ਕੀ ਹੈ? ਬ੍ਰਿਕਸ। ਠੀਕ ਹੈ ਨਾ। ਸੋ ਸੇਮ ਉਸੇ ਤਰੀਕੇ ਦੇ ਨਾਲ ਕਾਫੀ ਸਾਰੇ ਅਮਾਈਨੋ ਐਸਿਡ ਜਿਹੜੇ ਆ ਉਹ ਕੰਬਾਈਨ ਹੋ ਕੇ ਪ੍ਰੋਟੀਨਸ ਬਣਾਉਂਦੇ। ਅਗਰ ਪ੍ਰੋਟੀਨ ਨੂੰ ਤੋੜਾਂਗੇ ਤਾਂ ਅਮਾਈਨੋ ਐਸਿਡ ਬਣ ਜਾਣਗੇ। ਅੱਛਾ, ਅਸੀਂ ਖਾਂਦੇ ਪ੍ਰੋਟੀਨ ਆ ਆਪਣੀ ਡਾਈਟ 'ਚ, ਪਰ ਕੀ ਸਾਡੀ ਬੋਡੀ ਪ੍ਰੋਟੀਨ ਨੂੰ ਡਾਈਜੈਸਟ ਕਰਦੀ ਹੈ? ਨੋ, ਸਾਡੀ ਬੋਡੀ ਬ੍ਰੇਕਡਾਊਨ ਕਰਕੇ ਪ੍ਰੋਟੀਨ ਨੂੰ ਅਮਾਈਨੋ ਐਸਿਡ 'ਚ ਕਨਵਰਟ ਕਰਕੇ ਫਿਰ ਉਹਨੂੰ ਅਬਜ਼ੋਰਬ ਕਰਦੀ ਹੈ, ਐਂਡ ਦੈਨ ਜ਼ਰੂਰਤ ਪੈਣ 'ਤੇ ਉਹਨਾਂ ਅਮਾਈਨੋ ਐਸਿਡ। ਸੋ ਪ੍ਰੋਟੀਨ ਦੇ ਮੇਨ ਫੰਕਸ਼ਨਸ ਦੇ ਵਿੱਚ ਆ ਜਾਂਦਾ ਆ ਸਾਡੀ ਡੀ ਐਨ ਏ ਦੀ ਰੈਪਲੀਕੇਸ਼ਨ, ਡੀ ਐਨ ਏ ਦੀ ਰਿਪੇਅਰ, ਸੈਲੂਲਰ ਲੈਵਲ ਦੇ ਉੱਪਰ ਹਰ ਇੱਕ ਸੈੱਲ ਬਣਾਉਣ ਲਈ, ਇਕੱਲਾ ਮਸਲ ਸੈੱਲ ਨਹੀਂ। ਬਹੁਤ ਜ਼ਿਆਦਾ ਪ੍ਰੋਟੀਨ ਪ੍ਰੋਟੀਨ ਮਾਰਕੀਟ 'ਚ ਹੋਈ ਪਈ ਹੈ, ਆਲ ਬਿਕੋਜ਼ ਆਫ ਫਿਟਨੈਸ ਐਂਡ ਬੋਡੀ ਬਿਲਡਿੰਗ। ਨਹੀਂ, ਇਕੱਲਾ ਬੋਡੀ ਬਿਲਡਰਸ ਨੂੰ ਐਂਡ ਫਿਟਨੈਸ ਵਾਲਿਆਂ ਨੂੰ ਪ੍ਰੋਟੀਨ ਨਹੀਂ ਚਾਹੀਦਾ, ਪ੍ਰੋਟੀਨ ਸਾਨੂੰ ਵੀ ਚਾਹੀਦਾ, ਬਿਕੋਜ਼ ਈਚ ਐਂਡ ਐਵਰੀ ਸੈੱਲ ਆਫ ਆਰ ਬੋਡੀ ਜਿਹੜਾ ਹੈ ਨਾ ਉਹ ਪ੍ਰੋਟੀਨ ਤੋਂ ਹੀ ਬਣਦਾ ਆ, ਅਤੇ ਉਹਦੇ ਅੱਗੇ ਦੀਆਂ ਐਕਟੀਵਿਟੀਜ਼ ਵੀ ਪ੍ਰੋਟੀਨ ਯੂਟੀਲਾਈਜੇਸ਼ਨ ਤੋਂ ਬਾਅਦ ਹੀ ਹੁੰਦੀਆਂ। ਸੋ ਇਸ ਕਰਕੇ ਪ੍ਰੋਟੀਨ ਜਿਹੜਾ ਆ ਇਟ ਆਲਸੋ ਸਰਵ ਐਜ਼ ਅ ਟਰਾਂਸਪੋਰਟੇਸ਼ਨ ਯੂਨਿਟ ਫੋਰ ਅਦਰ ਲਾਈਪੋਪ੍ਰੋਟੀਨਸ। ਹੁਣ ਫੋਰ ਐਗਜ਼ਾਮਪਲ, ਕਦੀ ਪਾਣੀ ਵਿੱਚ ਆਇਲ ਮਿਕਸ ਹੋਇਆ? ਨਹੀਂ ਹੋਇਆ। ਲੇਕਿਨ ਅਗਰ ਥੋੜ੍ਹਾ ਜਿਹਾ ਡਿਟਰਜੈਂਟ ਐਡ ਹੋ ਜਾਏ ਫਿਰ ਉਹ ਮਿਕਸ ਹੋ ਜਾਂਦਾ ਹੈ। ਠੀਕ ਹੈ। ਸੋ ਦੈਟ ਮੀਨਸ ਅਗਰ ਸਾਡੇ ਬਲੱਡ ਦੇ ਵਿੱਚ ਫੈਟ ਮੋਲੀਕਿਊਲਸ ਐਸ ਸੱਚ ਜਿਹੜੇ ਮਿਕਸ ਨਹੀਂ ਹੋ ਰਹੇ, ਤਾਂ ਇਹਦਾ ਮਤਲਬ ਉਹ ਟਰੈਵਲ ਨਹੀਂ ਕਰ ਸਕਦੇ। ਫੈਟ ਮੋਲੀਕਿਊਲਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਣ ਵਾਸਤੇ ਵੀ ਪ੍ਰੋਟੀਨ ਯੂਜ਼ ਹੁੰਦਾ ਹੈ। ਸੋ ਪ੍ਰੋਟੀਨ ਦੇ ਅਪਾਰਟ ਫਰੋਮ ਮਸਲ ਬਿਲਡਿੰਗ ਬੜੇ ਸਾਰੇ ਫੰਕਸ਼ਨਸ ਆ, ਫੋਰ ਲਾਈਕ ਇਮਿਊਨਿਟੀ ਹੋ ਗਈ ਐਂਡ ਓਵਰਆਲ ਸਟੈਮਿਨਾ ਐਂਡ ਸਟਰੈਂਥ। ਨੈਕਸਟ ਸਲਾਈਡ। ਸੋ ਦੀਸ ਆਰ ਦ ਲਿਸਟ ਆਫ ਅਮਾਈਨੋ ਐਸਿਡਸ ਜਿਹੜੇ ਤੁਹਾਨੂੰ ਇੱਧਰ ਬਲੈਕ ਕਲਰ 'ਚ ਦਿਖ ਰਹੇ ਆ ਐਂਡ ਜਿਹੜੇ ਰੈੱਡ ਕਲਰ 'ਚ ਦਿਖ ਰਹੇ ਆ, ਇਹਨਾਂ ਦਾ ਇੱਕ ਕੀ ਡਿਫਰੈਂਸ ਆ? ਦ ਕੀ ਡਿਫਰੈਂਸ ਇਸ ਦੀਸ ਰੈੱਡ ਕਲਰ ਵਾਲੇ ਜਿਹੜੇ ਅਮਾਈਨੋ ਐਸਿਡਸ ਨੇ, ਇਹ ਅਸੈਂਸ਼ੀਅਲ ਅਮਾਈਨੋ ਐਸਿਡਸ ਆ। ਇਹਦਾ ਮਤਲਬ ਇਹ ਸਾਡੀ ਬੋਡੀ ਦੇ ਵਿੱਚ ਨਹੀਂ ਬਣਦੇ। ਸੋ ਦੀਸ ਰੈੱਡ ਅਮਾਈਨੋ ਐਸਿਡਸ ਆ ਦੋਸਤ ਜਿਹੜੇ ਸਾਨੂੰ ਡਾਇਟ 'ਚੋਂ ਹੀ ਪੂਰੇ ਕਰਨੇ ਪੈਣੇ ਆ ਬਾਏ ਈਟਿੰਗ ਅ ਕੰਪਲੀਟ ਹੈਲਦੀ ਸੋਰਸ ਆਫ ਪ੍ਰੋਟੀਨ। ਠੀਕ ਹੈ। ਹੁਣ ਪ੍ਰੋਟੀਨ ਤਾਂ ਬੜੀਆਂ ਆਲਮੋਸਟ ਸਾਰੀਆਂ ਚੀਜ਼ਾਂ 'ਚ ਪ੍ਰੋਟੀਨ ਆ, ਕਿਸੇ 'ਚ ਥੋੜ੍ਹਾ ਕਿਸੇ 'ਚ ਜ਼ਿਆਦਾ, ਲੇਕਿਨ ਅਮਾਈਨੋ ਐਸਿਡ ਪੂਰੇ ਨਹੀਂ ਹੈਗੇ। ਦੈਟ ਇਜ਼ ਵਟ ਮੇਕਸ ਅ ਪ੍ਰੋਟੀਨ ਅ ਗੁੱਡ ਪ੍ਰੋਟੀਨ ਔਰ ਅ ਬੈਡ ਪ੍ਰੋਟੀਨ। ਜਿਹੜੇ ਇੱਧਰ ਵਾਲੇ ਪ੍ਰੋਟੀਨ ਆ ਐਲਨਿਨ, ਆਰਜਿਨਾਈਨ ਐਂਡ ਆਲ ਅਦਰ, ਇਹ ਸਾਡੀ ਬੋਡੀ ਬਣਾ ਸਕਦੀ ਆ। ਠੀਕ ਹੈ। ਲੇਕਿਨ ਉਹਨੂੰ ਬਣਾਉਣ ਵਾਸਤੇ ਵੀ ਤਾਂ ਪ੍ਰੋਟੀਨ ਖਾਣਾ ਹੀ ਪਏਗਾ, ਹਵਾ 'ਚ ਤਾਂ ਥੋੜ੍ਹੀ ਨਾ ਬਣਾ ਲੇਗੀ। ਅਗਰ ਅਸੀਂ ਪ੍ਰੋਟੀਨ ਕਿਸੇ ਵੀ ਪ੍ਰਕਾਰ ਦਾ ਪ੍ਰੋਟੀਨ ਖਾਂਦੇ ਹਾਂ, ਚਾਹੇ ਉਹ ਨੋਟ ਦੈਟ ਗੁੱਡ ਕੁਆਲਿਟੀ ਪ੍ਰੋਟੀਨ ਵੀ ਹੋਊਗਾ ਨਾ, ਤਾਂ ਵੀ ਸਾਡੀ ਬੋਡੀ ਨੇ ਜਿਹੜੇ ਆਹ ਵਾਲੇ ਅਮਾਈਨੋ ਐਸਿਡ ਬਣਾ ਲੈਣੇ, ਬਟ ਆਹ ਵਾਲੇ ਸਟ੍ਰਿਕਟਲੀ ਸਾਨੂੰ ਡਾਇਟ ਵਿੱਚੋਂ ਹੀ ਲੈਣੇ ਪੈਣਗੇ। ਸੋ 9 ਅਮਾਈਨੋ ਐਸਿਡਸ ਆ ਐਂਡ ਬਾਕੀ ਜਿਹੜੇ ਆ ਸਾਡੇ ਅਦਰ ਅਮਾਈਨੋ ਐਸਿਡ। ਠੀਕ ਹੈ। ਪ੍ਰੋਟੀਨ ਕੈਟਾਗਰਾਈਜੇਸ਼ਨ ਨੂੰ ਮੈਂ ਅੱਜ ਇਸ ਸਲਾਈਡ ਦੇ ਵਿੱਚ 3 ਡਿਫਰੈਂਟ ਟਾਇਰਸ ਦੇ ਵਿੱਚ ਡਿਵਾਈਡ ਕਰਕੇ ਪਹਿਲਾਂ ਤੁਹਾਨੂੰ ਸਮਝਾਉਂਗਾ। ਪਹਿਲਾ ਟਾਇਰ ਆ ਜਾਂਦਾ ਆ ਦੋਸ ਪ੍ਰੋਟੀਨਸ ਜਿਨ੍ਹਾਂ 'ਚ ਵੇਟ ਬਾਏ ਵੇਟ ਦੀ ਰੇਸ਼ੋ ਦੇ ਨਾਲ ਪ੍ਰੋਟੀਨ ਜ਼ਿਆਦਾ। ਹੁਣ ਇੱਕ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਬਦਾਮ ਆ, ਬਦਾਮ
ਇੱਕ ਬਹੁਤ ਅੱਛਾ ਪ੍ਰੋਟੀਨ ਸੋਰਸ ਆ। ਇਹ ਅਸੀਂ ਕਾਮਨਲੀ ਸੁਣਦੇ ਹਾਂ। ਜੇ ਕਿਸੇ ਨੇ ਆਲਮੰਡਸ ਦੀ ਐਡਵਰਟਾਈਜ਼ਮੈਂਟ ਵੀ ਕਰਨੀ ਹੋਏਗੀ ਜਾਂ ਕਿਸੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਪਾਣੀ ਹੋਏਗੀ ਨਾ, ਜਾਂ ਕਿਸੇ ਨੇ ਭਿਗੋ ਕੇ 6 ਬਦਾਮ ਗਲਤੀ ਨਾਲ ਅਗਰ ਖਾ ਲਏ ਸਵੇਰੇ ਉੱਠ ਕੇ, ਤਾਂ ਉਹਨੇ ਵੀ ਸਨੈਪਚੈਟ ਪਾ ਦੇਣੀ ਆ ਕਿ ਅੱਜ ਮੈਂ ਪ੍ਰੋਟੀਨ ਖਾਤਾ। ਇਨ ਰਿਐਲਿਟੀ ਬਦਾਮ ਇੱਕ ਅੱਛਾ ਪ੍ਰੋਟੀਨ ਸੋਰਸ ਨਹੀਂ ਹੈ, ਫਾਈਬਰ ਸੋਰਸ। ਓਮੇਗਾ 3 ਉਹਦੇ 'ਚ ਅੱਛਾ ਹੈ, ਹੋਰ ਵਿਟਾਮਿਨ ਮਿਨਰਲਸ ਅੱਛੇ ਆ, ਪਰ ਪ੍ਰੋਟੀਨ ਸੋਰਸ, ਪਰ ਪ੍ਰੋਟੀਨ ਉਹ 'ਚ ਹੈਗਾ ਪਰ ਅੱਛਾ ਨਹੀਂ ਹੈ। ਕਿਉਂ? ਕਿਉਂਕਿ 100 ਗ੍ਰਾਮ ਬਦਾਮ ਦੇ ਵਿੱਚ ਤੁਹਾਨੂੰ ਹਾਰਡਲੀ ਜਿਹੜਾ ਆ ਨਾ, ਉਹਦੇ ਵਿੱਚ ਕੋਈ 24, 12 ਜਾਂ 13 ਗ੍ਰਾਮ ਪ੍ਰੋਟੀਨ ਮਿਲਣਾ ਆ ਅੱਛੀ ਕੁਆਲਿਟੀ ਦਾ, ਰੈਸਟ ਅਦਰ ਚੀਜ਼ਾਂ ਆ। ਠੀਕ ਹੈ, ਸੋ ਪਹਿਲੀ ਗੱਲ ਤਾਂ 100 ਗ੍ਰਾਮ ਬਦਾਮ ਕੋਈ ਖਾਂਦਾ ਨਹੀਂ। ਓਕੇ, ਸੋ ਦੈਟ ਮੀਨਸ ਵੇਟ ਬਾਏ ਵੇਟ ਬਦਾਮਾਂ 'ਚ ਅੱਛਾ ਪ੍ਰੋਟੀਨ ਨਹੀਂ ਹੈ। ਸੋ ਫਸਟ ਟਾਇਰ ਆ ਜਾਂਦਾ ਆ ਉਹ ਕੁਆਲਿਟੀ ਦਾ ਪ੍ਰੋਟੀਨ ਜਿਹਦੇ 'ਚ ਵੇਟ ਬਾਏ ਵੇਟ ਦੀ ਰੇਸ਼ੋ ਦੇ ਨਾਲ ਅੱਛਾ ਹੈ। ਹੁਣ ਇੱਕ 80 ਗ੍ਰਾਮ ਦਾ ਅਗਰ ਅੰਡਾ ਆ, 80 ਗ੍ਰਾਮ ਦੇ ਅੰਡੇ ਦੇ ਵਿੱਚ ਜਿਹੜਾ ਆ ਨਾ 7 ਗ੍ਰਾਮ ਹਾਈ ਬਾਇਓ ਅਵੇਲੇਬਿਲਿਟੀ ਵਾਲਾ ਪ੍ਰੋਟੀਨ ਆ। ਹੈਲੋ ਹੈਲੋ ਮੈਮ, ਹਾਊ ਆਰ ਯੂ, ਪਲੀਜ਼ ਟੈਲ। ਹਾਈ ਬਾਇਓ ਅਵੇਲੇਬਿਲਿਟੀ ਵਾਲਾ ਪ੍ਰੋਟੀਨ ਆ, ਸੋ ਦੈਟ ਮੇਕਸ ਐਨ ਐਗ ਅ ਗੁੱਡ ਕੁਆਲਿਟੀ। ਸੋ ਪਹਿਲਾਂ ਆਪਾਂ ਦੇਖਾਂਗੇ ਵੇਟ ਬਾਏ ਵੇਟ। ਠੀਕ ਹੈ, ਹੁਣ ਆਪਾਂ ਕਹਿ ਦਿੰਦੇ ਹਾਂ ਬਰੋਕਲੀ 'ਚ ਬਹੁਤ ਪ੍ਰੋਟੀਨ ਹੈ, 100 ਗ੍ਰਾਮ ਬਰੋਕਲੀ ਦੇ ਵਿੱਚ 1.5 ਤੋਂ 2 ਗ੍ਰਾਮ ਪ੍ਰੋਟੀਨ। ਇਜ਼ ਇਟ ਅ ਗੁੱਡ ਸੋਰਸ? ਨਹੀਂ, ਪ੍ਰੋਟੀਨ ਦਾ ਗੁੱਡ ਸੋਰਸ ਨਹੀਂ ਹੈ, ਪਰ ਇਹਦਾ ਇਹ ਮਤਲਬ ਨਹੀਂ ਬਰੋਕਲੀ 'ਚ ਹੋਰ ਅੱਛੀਆਂ ਚੀਜ਼ਾਂ ਨਹੀਂ ਹੈਗੀਆਂ। ਠੀਕ ਹੈ, ਅੱਛਾ, ਨੈਕਸਟ ਆ ਜਾਂਦਾ ਬੈਟਰ ਅਬਜ਼ੋਰਪਸ਼ਨ। ਅਬਜ਼ੋਰਪਸ਼ਨ ਬਾਰੇ ਆਪਾਂ ਨੈਕਸਟ ਲਾਈਨ 'ਚ ਵੀ ਗੱਲ ਕਰਾਂਗੇ, ਲੇਕਿਨ ਅਗਰ ਮੈਂ ਪ੍ਰੋਟੀਨ ਖਾ ਲਿਆ ਬਟ ਉਹ ਮੈਨੂੰ ਅੱਛੇ ਤਰੀਕੇ ਨਾਲ ਅਬਜ਼ੋਰਬ ਹੀ ਨਹੀਂ ਹੋਇਆ, ਇਜ਼ ਇਟ ਅ ਗੁੱਡ ਸੋਰਸ ਆਫ ਪ੍ਰੋਟੀਨ? ਨੋ, ਜੇ ਮੈਂ ਖਾਊਂਗਾ ਤਾਂ ਮੈਨੂੰ ਡਾਈਜੈਸਟ ਵੀ ਤਾਂ ਹੋਣਾ ਚਾਹੀਦਾ, ਮੈਨੂੰ ਲੱਗਣਾ ਵੀ ਤਾਂ ਚਾਹੀਦਾ, ਓਨਲੀ ਦੈਨ ਇਟ ਵਿਲ ਬੀ ਅ ਗੁੱਡ ਸੋਰਸ ਆਫ ਪ੍ਰੋਟੀਨ। ਤੀਸਰੀ ਆਪਾਂ ਆ ਜਾਂਦੇ ਮੈਕਸੀਮਮ ਯੂਟੀਲਾਈਜੇਸ਼ਨ, ਜਦੋਂ ਬਾਡੀ 'ਚ ਅਬਜ਼ੋਰਬ ਹੋ ਗਿਆ, ਅਬਜ਼ੋਰਬ ਹੋਣ ਤੋਂ ਬਾਅਦ ਕੀ ਸਾਡੀ ਬਾਡੀ ਉਹਨੂੰ ਮੈਕਸੀਮਮ ਪੱਧਰ ਤੇ ਯੂਟੀਲਾਈਜ਼ ਕਰ ਰਹੀ ਹੈ, ਮੈਕਸੀਮਮ ਇਫੈਕਟ ਤੇ ਯੂਟੀਲਾਈਜ਼ ਕਰ ਰਹੀ ਹੈ, ਬਿਕੋਜ਼ ਸਾਰੇ ਪ੍ਰੋਟੀਨਸ ਨੂੰ ਅਬਜ਼ੋਰਬ ਕਰਨ ਤੋਂ ਬਾਅਦ ਬਾਡੀ ਮੈਕਸੀਮਮ ਯੂਟੀਲਾਈਜੇਸ਼ਨ ਨਹੀਂ ਕਰਦੀ। ਇਹ ਵੀ ਇੱਕ ਚੀਜ਼ ਸਾਨੂੰ ਅੱਜ ਸਮਝਣੀ ਪਏਗੀ। ਸੋ ਤੀਸਰਾ ਫੈਕਟਰ ਆ ਗਿਆ ਕਿ ਮੈਕਸੀਮਮ ਯੂਟੀਲਾਈਜੇਸ਼ਨ ਐਂਡ ਲਾਸਟ ਇਜ਼ ਮਿਨੀਮਮ ਵੇਸਟੇਜ। ਸੋ ਉਹ ਤਾਂ ਗੱਲ ਇੱਥੇ ਕਲੀਅਰ ਹੋ ਗਈ, ਜੇ ਅਬਜ਼ੋਰਪਸ਼ਨ ਅੱਛੀ ਨਹੀਂ ਹੈਗੀ ਤਾਂ ਵੇਸਟੇਜ ਜ਼ਿਆਦਾ ਆ, ਅਗਰ ਵੇਸਟੇਜ ਘੱਟ ਆ ਤਾਂ ਨੈਚੁਰਲ ਜੀ ਗੱਲ ਆ ਕਿ ਅਬਜ਼ੋਰਪਸ਼ਨ ਜ਼ਿਆਦਾ ਆ। ਸੋ ਦਿਸ ਇਜ਼ ਦਾ ਫਸਟ ਟਾਇਰ ਆਫ ਪ੍ਰੋਟੀਨ ਸੋਰਸਿਸ, ਜਿਨ੍ਹਾਂ ਦੇ ਵਿੱਚ ਆ ਜਾਂਦੇ ਆ ਸਾਡੇ ਐਗਸ, ਸਾਡੇ ਡੇਅਰੀ ਪ੍ਰੋਡਕਟਸ, ਦੁੱਧ, ਦਹੀਂ, ਲੱਸੀ, ਪਨੀਰ, ਐਂਡ ਸਾਡੇ ਆ ਜਾਂਦੇ ਆ ਪੋਲਟਰੀ ਪ੍ਰੋਡਕਟਸ, ਮੀਟਸ ਐਂਡ ਪ੍ਰੋਟੀਨ ਸਪਲੀਮੈਂਟਸ ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਆ, ਇਹ ਸਾਰੇ ਹੀ ਟਾਇਰ 1 ਆ, ਯਾਨੀ ਕਿ ਮੈਕਸੀਮਮ ਅਬਜ਼ੋਰਪਸ਼ਨ, ਮੈਕਸੀਮਮ ਯੂਟੀਲਾਈਜੇਸ਼ਨ, ਮਿਨੀਮਮ ਵੇਸਟੇਜ ਐਂਡ ਵੇਟ ਬਾਏ ਵੇਟ ਅੱਛੀ ਮਾਤਰਾ 'ਚ ਪ੍ਰੋਟੀਨ। ਠੀਕ ਹੈ, ਨੈਕਸਟ ਸਲਾਈਡ। ਸੈਕਿੰਡ ਆ ਗਿਆ ਟਾਇਰ 2, ਮੋਡਰੇਟ। ਮੋਡਰੇਟ ਮਾਤਰਾ 'ਚ ਪ੍ਰੋਟੀਨ ਇਹਦੇ 'ਚ ਹੈਗਾ ਆ, ਬਹੁਤ ਹਾਈ ਨਹੀਂ ਹੈ, ਬਹੁਤ ਘੱਟ ਵੀ ਨਹੀਂ ਹੈ, ਯੂਟੀਲਾਈਜੇਸ਼ਨ ਵੀ ਮੋਡਰੇਟ ਆ, ਅਬਜ਼ੋਰਪਸ਼ਨ ਵੀ ਮੋਡਰੇਟ ਆ, ਵੇਸਟੇਜ ਵੀ ਸਮਵੇਅਰ ਅਰਾਊਂਡ ਲੋ ਟੂ ਮੋਡਰੇਟ ਆ। ਠੀਕ ਹੈ, ਹੁਣ ਇਹਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਆ ਪ੍ਰੋਟੀਨਸ? ਇਹਦੇ 'ਚ ਆ ਜਾਂਦੇ ਸਾਡੇ ਸੋਇਆ ਪ੍ਰੋਡਕਟਸ, ਸਾਡੀਆਂ ਪਲਸਸ, ਜਿੰਨੀਆਂ ਵੀ ਸਾਡੀਆਂ ਦਾਲਾਂ ਨੇ, ਚਾਹੇ ਉਹ ਛਿਲਕੇ ਵਾਲੀਆਂ ਨੇ, ਚਾਹੇ ਬਿਨਾਂ ਛਿਲਕੇ ਵਾਲੀਆਂ ਨੇ, ਐਂਡ ਪੀਨਟਸ ਵਗੈਰਾ। ਠੀਕ ਹੈ, ਇਹ ਆ ਜਾਂਦੇ ਟਾਇਰ 2 ਦੇ ਵਿੱਚ, ਯਾਨੀ ਕਿ ਅਗਰ ਮੈਂ ਪ੍ਰੋਟੀਨ ਦੇ ਲਿਹਾਜ਼ ਨਾਲ ਆਹ ਚੀਜ਼ਾਂ ਅਗਰ ਮੈਂ ਖਾ ਰਿਹਾ ਹਾਂ ਤਾਂ ਕੋਈ ਇੰਨਾ ਬੁਰਾ ਡਿਸੀਜਨ ਨਹੀਂ ਹੋਏਗਾ, ਪਰ ਅਗਰ ਮੈਂ ਪ੍ਰੋਟੀਨ ਵਾਸਤੇ ਇਹ ਚੀਜ਼ਾਂ ਖਾ ਰਿਹਾ ਹਾਂ ਤਾਂ ਉਹ ਇੰਨਾ ਬੈਸਟ ਡਿਸੀਜਨ ਵੀ ਮੇਰੀ ਲਾਈਫ ਦਾ ਨਹੀਂ ਹੋਣ ਵਾਲਾ। ਠੀਕ ਹੈ, ਸੋ ਪ੍ਰੋਟੀਨ ਹੈ, ਅਬਜ਼ੋਰਪਸ਼ਨ ਵੀ ਹੈ, ਯੂਟੀਲਾਈਜੇਸ਼ਨ ਵੀ ਹੈ, ਬਟ ਉਹਦਾ ਓਵਰਆਲ ਇਫੈਕਟਿਵਨੈਸ ਇੰਨੀ ਜ਼ਿਆਦਾ ਨਹੀਂ ਹੈ, ਜਾਂ ਵੇਟ ਦੇ ਹਿਸਾਬ ਨਾਲ ਉਹ ਇੰਨਾ ਜ਼ਿਆਦਾ ਪ੍ਰੋਟੀਨ ਉਹਦੇ 'ਚ ਨਹੀਂ ਹੈ, ਉਹਦੇ 'ਚ ਸਾਡੀ ਆਹ ਕੈਟੇਗਰੀ ਆ ਜਾਂਦੀ। ਠੀਕ ਹੈ, ਸੋ ਬਹਿਸ ਵਾਸਤੇ, ਆਰਗੂਮੈਂਟ ਵਾਸਤੇ ਅਸੀਂ ਇਹ ਚੀਜ਼ ਕਹਿ ਸਕਦੇ
ਸਪਰਾਊਟਸ ਖਾ ਲਓ, ਕਾਲੇ ਚਨੇ ਖਾ ਲਓ, ਭੁੱਜੇ ਚਨੇ ਖਾ ਲਓ, ਪੀਨਟਸ ਖਾ ਲਓ, ਪੀਨਟ ਬਟਰ ਖਾ ਲਓ, ਇਹਨਾਂ 'ਚ ਬਹੁਤ ਪ੍ਰੋਟੀਨ ਹੈ, ਬਹੁਤ ਪ੍ਰੋਟੀਨ ਹੋਊਗਾ, ਲੇਕਿਨ ਆਈ ਵੁੱਡ ਰੇਟ ਇਟ ਇਨ ਟਾਇਰ 2। ਬਹੁਤ ਪ੍ਰੋਟੀਨ ਨਹੀਂ ਹੈ, ਉਹਦੇ 'ਚ ਹੋਰ ਵੀ ਬੜੀਆਂ ਕੁਛ ਚੀਜ਼ਾਂ ਨੇ, ਪ੍ਰੋਟੀਨ ਦੇ ਲਿਹਾਜ਼ ਨਾਲ ਉਹ ਬੈਸਟ ਸੋਰਸ ਨਹੀਂ ਹੈ। ਨੈਕਸਟ ਫਿਰ ਆ ਜਾਂਦਾ ਟਾਇਰ 3, ਵੇਟ ਟੂ ਵੇਟ ਰੇਸ਼ੋ ਦੇ ਹਿਸਾਬ ਨਾਲ ਬਹੁਤ ਘੱਟ ਪ੍ਰੋਟੀਨ। ਜਿਵੇਂ ਮੈਂ ਬ੍ਰੋਕਲੀ ਦੀ ਐਗਜ਼ਾਮਪਲ ਦਿੱਤੀ, ਜਿੰਨੀਆਂ ਵੀ ਸਬਜ਼ੀਆਂ ਜਾਂ ਫਰੂਟ ਨੇ ਇਹ ਇਸ ਕੈਟੇਗਰੀ 'ਚ ਫਾਲ ਹੁੰਦੇ। ਸੋ ਅਗਰ ਸਾਨੂੰ ਪ੍ਰੋਟੀਨ ਡੈਫੀਸ਼ੈਂਸੀ ਆ ਤੇ ਬਹੁਤ ਜ਼ਿਆਦਾ ਕੁਆਂਟਿਟੀ 'ਚ ਫਰੂਟ ਜਾਂ ਦਾਲਾਂ ਸਬਜ਼ੀਆਂ ਖਾ ਕੇ ਉਹ ਡੈਫੀਸ਼ੈਂਸੀ ਨਹੀਂ ਪੂਰੀ ਹੋਣੀ, ਕਿਉਂ? ਕਿਉਂਕਿ ਵੇਟ ਬਾਏ ਵੇਟ ਫਰੂਟਸ ਐਂਡ ਵੈਜੀਟੇਬਲਸ 'ਚ ਪ੍ਰੋਟੀਨ ਘੱਟ ਆ। ਸੋ ਕੀ ਕਰੀਏ, ਦਾਲਾਂ ਫਰੂਟਸ ਐਂਡ ਵੈਜੀਟੇਬਲ ਖਾਣੇ ਬੰਦ ਕਰ ਦਈਏ? ਨੋ। ਮੈਕਰੋਜ਼ ਆਪਾਂ ਜਿਹੜੀ ਪਹਿਲੀ ਸਲਾਈਡ 'ਚ ਦੇਖੇ ਸੀਗੇ, ਬਾਕੀ ਸਾਰੇ ਮੈਕਰੋਜ਼ ਵੈਜੀਟੇਬਲ ਫਰੂਟਸ 'ਚ ਅੱਛੇ ਆ, ਆਪਾਂ ਗੱਲ ਸਿਰਫ ਅੱਜ ਪ੍ਰੋਟੀਨ ਦੀ ਕਰ। ਪ੍ਰੋਟੀਨ ਵਧਾਉਣ ਲਈ ਅਸੀਂ ਫਰੂਟਸ ਨਹੀਂ ਖਾਵਾਂਗੇ। ਅਗਰ ਸਾਡੀ ਰਿਕੁਆਇਰਮੈਂਟ ਹਾਈ ਪ੍ਰੋਟੀਨ ਆ ਤੇ ਅਸੀਂ ਫਰੂਟਸ ਦੀ ਇਨਟੇਕ ਰੱਖਾਂਗੇ ਜ਼ਰੂਰ, ਪਰ ਇਹ ਸੋਚ ਕੇ ਕਿ ਇਹਦੇ 'ਚ ਕਿਉਂਕਿ ਪ੍ਰੋਟੀਨ ਨਹੀਂ ਹੈ, ਸੋ ਵੀ ਹੈਵ ਟੂ ਮੇਕ ਬੈਟਰ ਚੋਇਸਿਸ। ਸੋ ਜਿੰਨੇ ਵੀ ਹੋਲ ਗ੍ਰੇਨਸ ਆ, ਚਾਹੇ ਤੁਹਾਡੇ ਓਟਸ ਆ, ਅੱਛਾ ਆਪਾਂ ਓਟਸ ਦੀ ਐਡ ਦੇਖੀ ਹੈ ਸਾਰਿਆਂ ਨੇ ਟੀਵੀ 'ਤੇ, ਸਾਰੀ ਓਟਸ ਦੀ ਐਡ ਦੇ ਵਿੱਚੋਂ ਕਹਿੰਦੇ ਆ ਨਾ ਇਟ ਇਜ਼ ਹਾਈ ਪ੍ਰੋਟੀਨ, ਟਰਸਟ ਮੀ ਉਹ ਤੁਹਾਨੂੰ ਝੂਠ ਬੋਲਦੇ ਪਏ। ਬਟ ਤੁਸੀਂ ਓਟਸ ਦਾ ਪੈਕਟ ਲਿਆਂਦਾ, ਕਿੰਨੇ ਜਾਣਿਆਂ ਨੇ ਬਾਏ ਕਰਕੇ ਲਿਆਂਦਾ, ਕਿੰਨੇ ਜਾਣਿਆਂ ਨੇ ਓਟਸ ਖਾਧੇ ਆ ਲਾਈਫ 'ਚ? ਕਾਫੀ ਜਾਣਿਆਂ ਨੇ ਖਾਧੇ ਆ, ਹੈਨਾ, ਸਾਰਿਆਂ ਨੇ ਖਾਧੇ ਆ। ਪ੍ਰੋਟੀਨ ਦੇ ਲਿਹਾਜ਼ ਨਾਲ ਉਹ ਅੱਛਾ ਪ੍ਰੋਡਕਟ ਨਹੀਂ ਹੈ। ਸੇਮ ਇਸੇ ਤਰ੍ਹਾਂ ਨਟ ਸੀਡਸ, ਜਿਹੜੇ ਬਦਾਮ ਅਖਰੋਟ ਆ ਜਾਂ ਪਿੰਨੀਆਂ ਆ, ਪਿੰਨੀਆਂ ਪ੍ਰੋਟੀਨ ਦੇ ਲਿਹਾਜ਼ ਨਾਲ ਅੱਛਾ ਪ੍ਰੋਡਕਟ ਨਹੀਂ ਹੈ। ਹਾਂ, ਉਹਦੇ 'ਚ ਹੋਰ ਬਹੁਤ ਅੱਛੀਆਂ ਚੀਜ਼ਾਂ ਅਵੇਲੇਬਲ।